ਮੈਂ ਅਵਤਾਰ ਸਿੰਘ ਹਿੱਤ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਸਿੰਬਲ ਤੋਂ ਮੈਂ ਇਲੈਕਸ਼ਨ ਲੜ ਰਿਹਾ ਹਾਂ ਮੈਂ ਹਰੀਨਗਰ ਸੁਬਾਸ਼ ਨਗਰ ਜਨਕਪੁਰੀ ਨੰਗੜ ਰਾয়া 109 110 111 112 ਤੋਂ ਮੈਂ ਮਿਦਾਨ ਸਭਾ ਦੀ ਚੋਣ ਲੜ ਰਿਹਾ ਹਾਂ ਔਰ ਮੈਂ ਸਾਰੇ ਇਲਾਕੇ ਦੇ ਆ तमाम ਪੈਣਾ ਤੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਨਰਿੰਦਰ ਮੋਦੀ ਜੀ ਦਾ ਸੁਪਨਾ ਸਾਕਾਰ ਕਰਨ ਵਾਸਤੇ ਔਰ ਕਰਨ 6 ਪੀ ਦਾ ਪ੍ਰੋਗਰਾਮ ਨੂੰ ਉਹਦੇ ਸੰਕਲਪ ਨੂੰ ਪੂਰਾ ਕਰਨ ਲਈ ਤੇ ਦਿੱਲੀ ਦੇ ਵਿੱਚੋਂ ਭ੍ਰਿਸ਼ਟਾਚਾਰ, ਅਤਿਆਚਾਰ ਤੇ ਮੇਰੀਆਂ ਬੇਟੀਆਂ, ਬੱਚੀਆਂ, ਧੀਆ ਦੇ ਭੈਣਾਂ ਦੀ ਸੁਰੱਖਿਆ ਨੂੰ ਮੁਕੰਮਲ ਕਰਨ ਲਈ ਤੇ ਦਿੱਲੀ ਦਾ ਸੁੰਦਰ ਸਰੂਪ ਤਿਆਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਕਾਮਯਾਬੀ ਤੇ ਸਫਲਤਾ ਬਖਸ਼ਣੇ ਕਮਲ ਦੇ ਫੁੱਲ ਤੇ 7 ਤਰੀਕ ਨੂੰ ਮੋਹਰਾ ਲਾ ਕੇ ਤੇ ਤੁਸੀਂ ਆਪਣੇ ਦਾਸ ਨੂੰ ਜਿਤਾਓ ਤਾਂ ਕਿ ਮੋਦੀ ਜੀ ਦੇ ਹੱਥ ਮਜ਼ਬੂਤ ਹੋਣ ਭਾਰਤ ਜਨਤਾ ਪੜਲੇ ਸਰਕਾਰ ਬਣੇ ਤੇ ਸੁੰਦਰ ਦੇਸ਼ ਤੇ ਸੁੰਦਰ ਸ਼ਹਿਰ ਤੁਹਾਡੇ ਵਾਸਤੇ ਬਣ ਸਕੇ ਤੇ ਸਾਡੀ ਸੁਰੱਖਿਆ ਤੇ ਸਫਾਈ ਦਾ ਜਿਹੜਾ ਪ੍ਰਬੰਧ ਆ ਮੁਕੰਮਲ ਤੌਰ ਤੇ ਤੁਹਾਨੂੰ ਐਸਾ ਨਕਸ਼ਾ ਵਿਖਾ ਦੇਵਾਂਗੇ ਕਿ ਜਿਹੜੇ ਆਉਣ ਵਾਲੀਆਂ ਨਸਲਾਂ ਉਹ ਯਾਦ ਕਰਕੇ ਕਿ ਵਕਤ ਕੋਈ ਪਾਰਟੀ ਆਈ ਆ ਇਹਨਾਂ ਨੇ ਕੰਮ ਕੀਤਾ ਇਲਾਕੇ ਦੇ ਵਿੱਚ ਸੁਰੱਖਿਆ ਤੇ ਸਵੱਛਤਾ ਨੂੰ ਪਹਿਲ ਦੇ ਕੇ ਕੰਮ ਕਰਾਂਗੇ ਹਰ ਪਹਿ ਬੰਦੇ ਨੂੰ ਇਹ ਮਹਿਸੂਸ ਹੋਏਗਾ ਕਿ ਇਹ ਪਾਰਟੀ ਵੀ ਸਾਡੀ ਆ ਇਹ ਕੈਂਡੀਡੇਟ ਵੀ ਸਾਡਾ ਇਹ ਸਰਕਾਰ ਵੀ ਸਾਡੀ ਆ ਇਹ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਆ 7 ਤਰੀਕ ਨੂੰ ਕਮਲ ਤੇ ਮੋਰਾ ਲਾ ਕੇ ਇਹ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੋ ਮੇਰਾ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ